ਕੇ ਇਹ ਗਾਇਕੀ ਦਾ ਮੈਂ ਥੋੜਾ ਜਿਹਾ ਵਿਰੋਧ ਕੀਤਾ ਕਿਉਂਕਿ ਇਹਨਾਂ ਨੇ ਡੰਡ ਲਾ ਕੇ ਰੱਖਤੀ ਸਾਡੇ ਯੂਥ ਦੀ ਹੁਣ ਤੁਸੀਂ ਦੇਖੋ ਸਿੱਧੂ ਮੂਸੇਵਾਲਾ ਹੁਣ ਸਿੱਧੂ ਮੂਸੇਵਾਲਾ ਇਸ ਦੁਨੀਆ ਤੋਂ ਚਲੇ ਗਿਆ ਸਾਡੇ ਬੱਚੇ ਇਸ ਤਾਂ ਕਹਿੰਦੇ ਨੇ ਵੀ ਖਰੇ ਪਤਾ ਨਹੀਂ ਇੱਕ ਕੋਈ ਬੰਦਾ ਸੀ ਜਿਹੜਾ ਸਾਡਾ ਕੋਈ ਗੁਰੂ ਹੀ ਸਿਗਾ ਚਲ ਗਿਆ ਖਰੇ ਆ ਕਦੀ ਇਦਾਂ ਦਾ ਡਾਊਨਫਾਲ ਦੇਖਿਆ ਲੋਕਾਂ ਦੀ ਸੋਚ ਵਿੱਚ ਇੱਥੇ ਮੈਂ ਕਿਸੇ ਦੇ ਘਰੇ ਗਿਆ ਉਹਨਾਂ ਦੇ ਘਰੇ ਇੱਕ ਲੜਕੀ ਆਈ ਇੰਡੀਆ ਤੋਂ ਤੇ ਉਹ ਆਣ ਕੇ ਨਾ ਮੈਂ ਮੈਂ ਉਹ ਨਾਲ ਗੱਲ ਕਰਨ ਲੱਪਿਆ ਮੈਂ ਕਹਿੰਦੀ ਸਾਨੂੰ ਤਿੰਨ ਕਰੇ ਚਾਰ ਦਿਨ ਇੱਥੇ ਆਣ ਹੋਇਆ ਤੇ ਮੈਂ ਕਹਾਂ ਇੱਥੇ ਤੂੰ পড়ੂੰ ਪੜੂੰਗੀ ਕੀ ਕੀ ਕੰਮਕਾਰ ਕੀ ਕਰਾਂਗੀ ਤੇ ਗੱਲਾਂ ਚੱਲਦੀਆਂ ਚੱਲਦੀਆਂ ਮੈਨੂੰ ਕਹਿੰਦੀ ਮੋਦੀ ਨੇ ਸਿੱਧੂ ਮੂਸੇ ਵਾਲੇ ਨੂੰ ਮਾਰਤਾ ਪਹਿਲੀ ਗੱਲ ਤੇ ਇਹਨਾਂ ਦੇ ਬ੍ਰੇਂਚ ਦੇਖੋ ਕੀ ਗੰਦ ਪਾਇਆ ਜਾ ਰਿਹਾ ਅਕੇ ਮੋਦੀ ਨੇ ਮੂਸੇ ਵਾਲੇ ਨੂੰ ਮਾਰਤਾ ਤੇ ਮੈਂ ਅੰਕਲ ਜੀ 9-8 ਦਿਨ ਲਗਾਤਾਰ ਰੋਈ ਗਈ ਇਹਨਾਂ ਕੋ ਇੱਕ ਮੌਤ ਨਹੀਂ ਜਾ ਰਹੀ ਗੌਣ ਵਾਲੇ ਦੀ ਮੈਂ ਕਹਾਂਗਾ ਮੌਤ ਮਾੜੀ ਹੈ ਕਿਸੇ ਦਾ ਮਾਂ ਦਾ ਪੁੱਤ ਇਸ ਦੁਨੀਆ ਤੋਂ ਨਹੀਂ ਜਾਣਾ ਚਾਹੀਦਾ ਗਿਆ ਗੋਲਡੀ ਦਾ ਬਰਾੜ ਦਾ ਵੀ ਭਰਾ ਇਸ ਦੁਨੀਆ ਤੋਂ ਉਹਦੀ ਮਾਂ ਨੇ ਵੀ ਬੜੇ ਸ਼ੌਂਕਾਂ ਨਾਲ ਆਪਣਾ ਪੁੱਤ ਪਾਲਿਆ ਸੀ ਉਹ ਵੀ ਗਿਆ ਉਹ ਵੀ ਨਹੀਂ ਸੀ ਜਾਣਾ ਚਾਹੀਦਾ ਉਦੋਂ ਬਾਅਦ ਕਈ ਗੈਂਗਸਟਰ ਸਾਡੇ ਗਏ ਨੇ ਮੁੰਡੇ ਦਲੇਰ ਸੀ ਚਲੇ ਗਏ ਤੇ ਇਹ ਸਿੱਧੂ ਮੂਸੇ ਵਾਲਾ ਵੀ ਗਾਇਕ ਗਾਇਕ ਇਹ ਵੀ ਮਾੜੀ ਗੱਲ ਹੋਈ ਹੈ ਇਹ ਵੀ ਨਹੀਂ ਸੀ ਜਾਣਾ ਚਾਹੀਦਾ ਪਰ ਮੌਤ ਤੋਂ ਕੋਈ ਪਤਾ ਹੀ ਕੱਕ ਨਹੀਂ ਹੋਰ ਇੱਕ ਗਾਉਣ ਵਾਲੇ ਬਸ ਐਨੀ